ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਗੁਰਬਾਣੀ ਵਿਚਾਰ ਦੀ ਅੱਜ ਦੀ ਆਪਣੀ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ। ਦਾਸ ਭਾਈ ਸੁਖਵਿੰਦਰ ਸਿੰਘ ਰਟੌਲ, ਅੱਜ ਆਪਾਂ ਵਿਚਾਰ ਕਰਨੀ ਹੈ ਸੁਖਮਨੀ ਸਾਹਿਬ ਜੀ ਦੀ 24ਵੀਂ ਅਸ਼ਟਪਦੀ ਦੀ ਪਹਿਲੀ ਪੌੜੀ। ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ ਹੈ ਪੂਰੇ ਗੁਰ ਕਾ ਸੁਣ ਉਪਦੇਸ਼। ਸਭ ਤੋਂ ਪਹਿਲਾ ਕੰਮ ਜਿਹੜਾ ਬੰਦੇ ਦੇ ਕਰਨ ਵਾਲਾ ਉਹ ਇਹ ਹੈ ਕਿ ਅਸੀਂ ਪੂਰੇ ਗੁਰੂ ਦਾ ਜੋ ਉਪਦੇਸ਼ ਹੈ ਉਹਨੂੰ ਸੁਣਨਾ। ਇਹ ਪਹਿਲਾ ਕੰਮ ਹੈ ਬੰਦੇ ਨੂੰ ਜਿਹੜਾ ਕਰ ਲੈਣਾ ਚਾਹੀਦਾ। ਅਸੀਂ ਟੀਵੀ ਲਾ ਕੇ ਬਹਿ ਜਾਈਏ, ਸੈਂਕੜੇ ਬੰਦੇ ਪ੍ਰਵਚਨ ਕਰਨ ਲੱਗੇ ਹੋਏ ਨੇ, ਸੈਂਕੜੇ ਚੈਨਲ ਹਨ ਜਿੱਥੇ ਵੇਖੋ ਕੋਈ ਨਾ ਕੋਈ ਬੰਦਾ ਉਪਦੇਸ਼ ਦੇ ਰਿਹਾ। ਜਿੱਥੋਂ ਗੱਲ ਆ ਰਹੀ ਹੈ ਉੱਥੇ ਸਾਨੂੰ ਵੀ ਲੈ ਕੇ ਜਾਊ, ਜੇ ਗੱਲ ਗੁਰੂ ਕੋਲੋਂ ਆ ਰਹੀ ਹੋਏਗੀ ਤਾਂ ਸਾਨੂੰ ਗੁਰੂ ਤੱਕ ਲੈ ਕੇ ਜਾਏਗੀ। ਇਸ ਕਰਕੇ ਕੋਸ਼ਿਸ਼ ਕਰਨੀ ਹੈ ਅਸੀਂ ਪੂਰੇ ਗੁਰੂ ਦਾ ਉਪਦੇਸ਼ ਸੁਣਨਾ। ਪੂਰਾ ਗੁਰੂ ਕੌਣ ਹੈ? ਗੁਰੂ ਨਾਨਕ ਸਾਹਿਬ ਸਾਡੇ ਗੁਰੂ ਹਨ। ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਅੱਗੇ ਚੱਲਦਿਆਂ ਚੱਲਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ, ਅਤੇ ਉਹਨਾਂ ਤੋਂ ਬਾਅਦ ਗੁਰੂ ਗ੍ਰੰਥ, ਗੁਰੂ ਖਾਲਸਾ ਪੰਥ ਸਾਡਾ ਗੁਰੂ ਹੈ। ਅਸੀਂ ਗੁਰੂ ਗ੍ਰੰਥ ਔਰ ਗੁਰੂ ਪੰਥ ਦਾ ਹੁਕਮ ਮੰਨਣਾ ਹੈ। ਪੂਰੇ ਗੁਰ ਕਾ ਸੁਣ ਉਪਦੇਸ਼, ਪੂਰੇ ਗੁਰੂ ਦੀ ਗੱਲ ਸੁਣਨੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅਤੇ ਗੁਰੂ ਪੰਥ। ਆਤਮਾ ਸਰੀਰ, ਆਤਮਾ ਗ੍ਰੰਥ ਵਿੱਚ ਹੈ, ਸਰੀਰ ਪੰਥ ਵਿੱਚ ਹੈ। ਪੰਥ ਗੁਰੂ ਦਾ ਸਰੀਰ ਹੈ, ਗ੍ਰੰਥ ਗੁਰੂ ਦੀ ਆਤਮਾ ਹੈ। ਅਸੀਂ ਪੂਰੇ ਗੁਰੂ ਤੋਂ ਅਗਵਾਈ ਲੈਣੀ ਹੈ, ਹੋਰ ਕੱਚਿਆਂ ਪਿੱਲਿਆਂ ਦੀ ਗੱਲ ਨਹੀਂ ਸੁਣਨੀ। ਪੂਰੇ ਗੁਰ ਕਾ ਸੁਣ ਉਪਦੇਸ਼। ਦੂਜਾ ਜੋ ਕਰਨ ਵਾਲਾ ਕੰਮ ਹੈ ਉਹ ਹੈ ਕਿ ਜੋ ਪਾਰ ਬ੍ਰਹਮ ਪਰਮੇਸ਼ਰ ਹੈ, ਪਾਰ ਬ੍ਰਹਮ ਨਿਕਟ ਕਰ ਪੇਖ, ਰੱਬ ਨੂੰ ਨੇੜੇ ਕਰਕੇ ਸਮਝ। ਇਹ ਬੰਦੇ ਤੇਰੇ ਲਈ ਜ਼ਰੂਰੀ ਹੈ ਕਿ ਰੱਬ ਨੂੰ ਨੇੜੇ ਕਰਕੇ ਦੇਖਣਾ, ਪਰਮਾਤਮਾ ਨੂੰ ਨੇੜੇ ਕਰਕੇ ਦੇਖ। ਦੂਜਾ ਕੰਮ ਇਹ ਰੱਬ ਨੂੰ ਨੇੜੇ ਸਮਝਣਾ। ਰੱਬ ਨੂੰ ਨੇੜੇ ਸਮਝਣ ਦਾ ਮਤਲਬ ਕੀ ਆ? ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ। ਜਿਹੜਾ ਰੱਬ ਨੂੰ ਨੇੜੇ ਸਮਝੇਗਾ ਕਦੀ ਕਿਸੇ ਦਾ ਬੁਰਾ ਨਹੀਂ ਕਰੇਗਾ। ਤੀਜਾ ਜੋ ਕਰਨ ਵਾਲਾ ਕੰਮ ਹੈ ਉਹ ਹੈ ਸਾਸ ਸਾਸ ਸਿਮਰੋ ਗੋਬਿੰਦ। ਹੇ ਭਾਈ, ਸਵਾਸ ਸਵਾਸ ਹਰ ਇੱਕ ਸਾਹ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ, ਸਾਰੇ ਸੰਸਾਰ ਦੇ ਸਿਰਜਣਹਾਰ ਪਾਲਣਹਾਰ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ। ਸਾਹ ਸਾਹ ਸਿਮਰੋ ਗੋਬਿੰਦ, ਇਹਦੇ ਨਾਲ ਕੀ ਹੋਏਗਾ? ਮਨ ਅੰਤਰ ਕੀ ਉਤਰੈ ਚਿੰਦ। ਮਨ ਦੇ ਅੰਦਰ ਦੀ ਜੋ ਚਿੰਤਾ ਹੈ ਉਹ ਉਤਰ ਜਾਏਗੀ। ਸਾਡੇ ਮਨ ਦੇ ਅੰਦਰ ਦੀ ਜੋ ਚਿੰਤਾ ਹੈ ਉਹ ਉਤਰ ਜਾਏਗੀ। ਚੌਥਾ ਕੰਮ ਜੋ ਕਰਨ ਵਾਲਾ ਸਾਡੇ ਉਹ ਇਹ ਹੈ ਕਿ ਭਾਈ, ਆਪਣੇ ਮਨ ਦੇ ਵਿੱਚ ਬਹੁਤ ਸਾਰੀਆਂ ਆਸਾਂ ਪੈਦਾ ਹੁੰਦੀਆਂ ਨੇ। ਆਸਾਂ ਵੀ ਉਹਨਾਂ ਚੀਜ਼ਾਂ ਦੀਆਂ ਜਿਹੜੀਆਂ ਨਿੱਤ ਨਹੀਂ ਰਹਿਣੀਆਂ। ਆਸ ਅਨਿੱਤ, ਤਿਆਗ ਉਹ ਤਰੰਗ। ਆਪਣੇ ਮਨ ਦੇ ਬਹੁਤੇ ਤਰੰਗ, ਬਹੁਤੇ ਫੁਰਨੇ, ਅਨਿੱਤ ਭਾਵ ਨਾ ਨਿੱਤ ਰਹਿਣ ਵਾਲੀਆਂ ਨਾਸ਼ਵੰਤ ਚੀਜ਼ਾਂ ਵਸਤੂਆਂ ਦੀਆਂ ਬਹੁਤੀਆਂ ਆਸਾਂ ਜਿਹੜੀਆਂ ਵਾ ਉਹ ਆਪਣੇ ਮਨ ਦੇ ਵਿੱਚੋਂ ਸਾਨੂੰ ਤਿਆਗ ਦੇਣੀਆਂ ਚਾਹੀਦੀਆਂ। ਇੱਛਾਵਾਂ ਹੀ ਸਾਨੂੰ ਦੁਖੀ ਕਰਦੀਆਂ ਹਨ। ਰਾਜਾ ਵੀ ਇਸ ਕਰਕੇ ਦੁਖੀ ਹੈ ਕਿਉਂਕਿ ਉਹਦੀਆਂ ਇੱਛਾਵਾਂ ਵੱਡੀਆਂ ਹਨ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਉਹਦੇ ਦੁੱਖ ਦਾ ਕਾਰਨ ਹੀ ਇਹ ਕਿ ਉਹਦੀਆਂ ਇੱਛਾਵਾਂ
ਅਤੇ ਰੰਗ ਜਿਹੜੇ ਨੇ ਆਸਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਨੇ। ਗੁਰੂ ਸਾਹਿਬ ਜੀ ਕਹਿੰਦੇ ਆ ਜਦੋਂ ਅਸੀਂ ਇਹ ਛੱਡਾਂਗੇ ਆਸ ਅਨਿੱਤ ਤਿਆਗੋ ਤਰੰਗ, ਅਤੇ ਅਗਲਾ ਜੋ ਕਰਨ ਵਾਲਾ ਕੰਮ ਹੈ ਸਾਡੇ ਉਹ ਹੈ ਸੰਤ ਜਨਾਂ ਕੀ ਧੂਰ ਮਨ ਮੰਗ। ਆਪਣੇ ਮਨ ਦੇ ਵਿੱਚ ਸੰਤ ਜਨਾਂ ਦੀ ਚਰਨ ਧੂੜੀ ਦੀ ਮੰਗ ਕਰਨੀ, ਹਰ ਵੇਲੇ ਇਹ ਕਹਿਣਾ ਕਿ ਮੈਨੂੰ ਸਤਸੰਗਤ ਮਿਲੇ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੰਤ ਜਨਾਂ ਕੀ ਧੂਰ ਮਨ ਮੰਗ, ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਇਹ ਪੰਜਵਾਂ ਕੰਮ ਹੋ ਗਿਆ। ਛੇਵਾਂ, ਇਸ ਰਸਤੇ ਤੇ ਚੱਲਦਿਆਂ ਜਦੋਂ ਵੀ ਬੰਦੇ ਨੂੰ ਲੱਗੇ ਕਿ ਮੈਂ ਬਹੁਤ ਕੁਝ ਕਰ ਸਕਦਾ, ਉਦੋਂ ਹੀ ਉਹਦਾ ਸਫ਼ਰ ਰੁਕ ਜਾਂਦਾ ਜਾਂ ਪਿੱਛੇ ਨੂੰ ਚੱਲ ਪੈਂਦਾ। ਇਸ ਰਸਤੇ ਦੇ ਉੱਤੇ ਆਪਾ ਛੱਡਣਾ ਪੈਂਦਾ ਹੈ। ਕਿਸੇ ਵੀ ਕੰਮ ਦਾ, ਚੰਗੇ ਕੰਮ ਦਾ ਵੀ ਮਾਣ ਕਦੀ ਵੀ ਨਹੀਂ ਕਰਨਾ ਹੁੰਦਾ। ਉਹਦੇ ਲਈ ਜ਼ਰੂਰੀ ਕੀ ਹੈ ਕਿ ਆਪਣਾ ਆਪਾ ਭਾਵ ਛੱਡ ਕੇ ਆਪ ਛੋੜ ਬੇਨਤੀ ਕਰੋ, ਆਪਣੇ ਆਪਾ ਭਾਵ ਦਾ ਤਿਆਗ ਕਰਕੇ ਅਰਦਾਸ ਦਾ ਸਹਾਰਾ ਲੈਣਾ। ਅਰਦਾਸ ਮਨੁੱਖ ਦੇ ਅੰਦਰ ਮਾਣ ਨਹੀਂ ਪੈਦਾ ਹੋਣ ਦਿੰਦੀ। ਅਰਦਾਸ ਤੋਂ ਬਿਨਾਂ ਬੰਦਾ ਜਿਹੜਾ ਹੈ ਆਪਣੇ ਕਰਮਾਂ ਦਾ, ਆਪਣੀ ਸਮਰੱਥਾ ਦਾ ਮਾਣ ਕਰ ਬਹਿੰਦਾ ਅਤੇ ਅੱਗੇ ਜਾਣ ਦੀ ਬਜਾਏ ਪਿੱਛੇ ਨੂੰ ਆ ਜਾਂਦਾ। ਸੱਤਵੀਂ ਗੱਲ ਜੋ ਜ਼ਰੂਰੀ ਹੈ ਕਿ ਬੰਦਾ ਜਿਹੜਾ ਹੈ ਸਾਧ ਸੰਗਤ ਜਿਹੜੀ ਹੈ ਉਹ ਲਗਾਤਾਰ ਕਰਦਾ ਰਹੇ। ਸਾਧ ਸੰਗ ਕੀਤਿਆਂ ਜੋ ਅੱਗ ਦਾ ਸਾਗਰ ਹੈ, ਅੱਗ ਭਾਵ ਤ੍ਰਿਸ਼ਨਾ ਲਾਲਚ, ਤ੍ਰਿਸ਼ਨਾ ਦਾ ਅੱਗ ਦਾ ਸਾਗਰ ਹੈ, ਤਰੋ ਇਹਨੂੰ ਤਰਜੋ। ਗੁਰੂ ਜੀ ਕਹਿੰਦੇ ਹਨ ਸਾਧ ਸੰਗਤ ਦਾ ਸਹਾਰਾ ਲਓ, ਇਹ ਜ਼ਰੂਰੀ ਹੈ। ਇਕੱਲਾ ਬੰਦਾ ਕੁਛ ਵੀ ਨਹੀਂ ਹੁੰਦਾ। ਪਾਣੀ ਦੀ ਬੂੰਦ ਪਰਬਤਾਂ ਦੇ ਉੱਤੋਂ ਚੱਲ ਕੇ ਸਮੁੰਦਰ ਤੱਕ ਪਹੁੰਚਦੀ ਹੈ, ਇਕੱਲੀ ਨਹੀਂ ਪਹੁੰਚ ਸਕਦੀ, ਰਲ ਕੇ ਬੂੰਦਾਂ ਦਾ ਦਰਿਆ ਬਣਦਾ, ਤਾਂ ਫਿਰ ਉਹ ਜਿਹੜੀਆਂ ਬੂੰਦਾਂ ਨੇ ਸਮੁੰਦਰ ਤੱਕ ਪਹੁੰਚਦੀਆਂ। ਅੱਠਵੀਂ ਗੱਲ ਜਿਹੜੀ ਸਾਡੇ ਕਰਨ ਵਾਲੀ ਉਹ ਇਹ ਹੈ ਕਿ ਭਾਈ ਧਨ ਸਾਰੇ ਕਮਾਉਂਦੇ ਨੇ, ਦੁਨੀਆਂ ਦਾ ਧਨ ਜਿਹੜਾ ਉਹ ਗੁਜਰਾਨ ਹੈ, ਅਸਲੀ ਧਨ ਜਿਹੜਾ ਰੱਬ ਦੇ ਨਾਮ ਦਾ ਧਨ ਆ। ਸਾਥ ਨਾ ਚੱਲ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ। ਇਹ ਅਸਲੀ ਧਨ ਹੈ, ਹਰ ਧਨ ਕੇ ਭਰ ਲੇ ਹੋ ਭੰਡਾਰ। ਤੁਸੀਂ ਹਰੀ ਧਨ ਦੇ, ਹਰੀ ਦੇ ਨਾਮ ਧਨ ਦੇ ਜੋ ਭੰਡਾਰ ਹਨ ਉਹ ਭਰ ਲਵੋ, ਹਰ ਧਨ ਕੇ ਭਰ ਲੇ ਹੋ ਭੰਡਾਰ। ਔਰ ਅਗਲੀ ਗੱਲ ਜੇ ਇੱਕ ਹੋਰ ਜੋੜ ਲਈਏ ਨਾਲ, ਨਾਨਕ ਗੁਰ ਪੂਰੇ ਨਮਸਕਾਰ, ਮੱਥਾ ਟੇਕਣਾ ਹੈ, ਨਮਸਕਾਰ ਕਰਨੀ ਹੈ ਪੂਰੇ ਗੁਰੂ ਦੇ ਅੱਗੇ। ਕੱਚਿਆਂ ਪਿੱਲਿਆਂ ਅਧੂਰਿਆਂ ਦੇ ਅਸੀਂ ਗੁਰੂ ਵਾਲਾ ਦਰਜਾ ਨਹੀਂ ਦੇਣਾ। ਜਿੱਥੇ ਗੁਰੂ ਨੇ ਕੰਮ ਸਵਾਰਨਾ ਹੈ ਉੱਥੇ ਗੁਰੂ ਨੇ ਹੀ ਸਵਾਰਨਾ ਹੈ, ਕੋਈ ਹੋਰ ਨਹੀਂ ਸਵਾਰ ਸਕਦਾ। ਨਾਨਕ ਗੁਰ ਪੂਰੇ ਨਮਸਕਾਰ, ਹੇ ਨਾਨਕ ਪੂਰੇ ਗੁਰੂ ਦੇ ਅੱਗੇ ਚਰਨਾਂ ਦੇ ਵਿੱਚ ਨਮਸਕਾਰ ਕਰੀਏ। ਆ ਬਿਲਕੁਲ ਟੂ ਦੀ ਪੁਆਇੰਟ ਸਿੱਧਾ ਗੁਰੂ ਸਾਹਿਬ ਜੀ ਨੇ ਬੰਦੇ ਨੂੰ ਸਪਸ਼ਟ ਰੂਪ ਦੇ ਵਿੱਚ ਦੱਸ ਦਿੱਤਾ ਵੀ ਕੀ ਕਰਨਾ ਅਤੇ ਕੀ ਨਹੀਂ ਕਰਨਾ।
ਪੂਰੇ ਗੁਰੂ ਦੀ ਗੱਲ ਸੁਣਨੀ ਹੈ, ਰੱਬ ਨੂੰ ਹਾਜ਼ਰ ਸਮਝਣਾ, ਹਰ ਇੱਕ ਸਾਹ ਨਾਲ ਉਹਨੂੰ ਯਾਦ ਕਰਨਾ, ਚਿੰਤਾ ਮੁੱਕੇਗੀ, ਬਹੁਤੀਆਂ ਆਸਾਂ ਨਹੀਂ ਬਣਾਉਣੀਆਂ। ਹਮੇਸ਼ਾ ਸੰਤ ਜਨਾਂ ਦੀ, ਭਲੇ ਲੋਕਾਂ ਦੀ ਚਰਨ ਧੂੜ ਮੰਗਣੀ, ਭਾਵ ਉਹਨਾਂ ਦੀ ਸੰਗਤ ਮੰਗਣੀ ਹੈ, ਆਪਾ ਛੱਡ ਕੇ ਅਰਦਾਸ ਕਰਨੀ ਆ, ਅਤੇ ਸਾਧ ਸੰਗਤ ਲਗਾਤਾਰ ਰੈਗੂਲਰ ਅਸੀਂ ਕਰਨੀ ਹੈ, ਸੰਗਤ ਦੇ ਨਾਲ ਜੁੜਨਾ, ਅਤੇ ਨਾਮ ਧਨ ਨੂੰ ਅਸਲੀ ਧਨ ਸਮਝਦਿਆਂ ਹੋਇਆਂ ਇਹਦੇ ਭੰਡਾਰੇ ਭਰਨੇ ਹਨ, ਪੂਰੇ ਗੁਰੂ ਦੇ ਅੱਗੇ ਨਮਸਕਾਰ ਕਰਨੀ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਕੋਈ ਓਹਲਾ ਨਹੀਂ ਰੱਖਿਆ, ਕੋਈ ਗੱਲ ਭੇਤ ਵਾਲੀ ਕੋਈ ਲੁਕਾ ਕੇ ਨਹੀਂ ਕੀਤੀ, ਸਾਫ਼ ਅਤੇ ਸਪੱਸ਼ਟ ਗੁਰੂ ਸਾਹਿਬ ਦਾ ਉਪਦੇਸ਼ ਹੈ। ਆਓ ਸੁਣੀਏ, ਸਮਝੀਏ ਅਤੇ ਮੰਨੀਏ ਭੁੱਲਾਂ ਚੁੱਕਾਂ ਦੀ ਮਾਫ਼ੀ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣੀਆਂ ਹੋਣ ਤਾਂ ਯੂਟਿਊਬ ਚੈਨਲ ਸੁਖਵਿੰਦਰ ਸਿੰਘ ਰਟੌਲ ਬਣਿਆ ਹੋਇਆ, ਉਹਦੇ ਤੋਂ ਆਪ ਜੀ ਸਬਸਕ੍ਰਾਈਬ ਕਰਕੇ ਹੋਰ ਵੀਡੀਓ ਵੇਖ ਸਕਦੇ ਹੋ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।